normal kena fucked up hai. ਕੀ ਨਾਮ ਹੈ ਤੁਹਾਡਾ? ਵਿਕਾਸ ਨਾਮ ਹੈ ਜੀ। ਵਿਕਾਸ ਜੀ ਕਿਵੇਂ ਕੀ ਹੋਇਆ ਇੱਥੇ ਜੀ? ਜੀ ਮੈਂ ਆਪਣੇ ਸਾਈਡ ਤੋਂ ਚਲਾ ਹੋਇਆ ਸੀ, ਟਰੱਕ ਵਾਲੇ ਨੇ ਪਿੱਛੇ ਸੇ ਠੋਕ ਦੀ। ਕਿੰਨੀ ਧੁੰਦ ਪਈ ਇੱਥੇ? ਧੁੰਦ ਜ਼ਿਆਦਾ ਥੀ ਜੀ। ਅੱਛਾ ਜੀ। ਤੋ ਗੱਡੀ ਹਮਾਰੀ 40 ਕੀ ਸਪੀਡ ਪੇ ਥੀ ਔਰ ਟਰੱਕ ਵਾਲਾ ਬਹੁਤ ਸਪੀਡ ਪੇ ਥਾ। ਅੱਛਾ ਜੀ। ਉਸਨੇ ਇੱਕਦਮ ਸੇ ਗਾੜੀ ਕੇ ਅੰਦਰ ਠੋਕ ਕੇ, ਗਾੜੀ ਨੂੰ ਜੈਸੇ ਠੁਕੀ ਉਹ ਲੈ ਕੇ ਭੱਗ ਗਿਆ ਹੈ, ਜਿਸਸੇ ਹਮਾਰਾ ਕਾਫੀ ਨੁਕਸਾਨ ਹੁਆ ਹੈ। ਪਿੱਛੇ ਵੀ ਕਿੰਨੀਆਂ ਗੱਡੀਆਂ ਲੱਗੀਆਂ ਗਈਆਂ? ਪਿੱਛੇ ਕਮ ਸੇ ਕਮ 20-30 ਗਾੜੀਆਂ ਲੱਗੀ। ਅੱਛਾ ਜੀ। ਹਾਂਜੀ। ਤੇ ਇੱਕ ਸਕੂਲ ਬੱਸ ਵੀ ਸੀਗੇ ਜੇ ਬੱਚੇ ਟੂਰਿਸਟ ਆ? ਹਾਂਜੀ ਹਾਂਜੀ। ਬੱਸ ਟੂਰਿਸਟ ਵਾਲੀ ਸੀ? ਹਾਂਜੀ ਬੱਸ ਟੂਰਿਸਟ ਵਾਲੀ ਸੀ। ਬੱਚੇ ਕਾ ਕੌਣ ਬੱਚੇ ਆ ਤੇ ਉਸਮੇ? ਉਸਮੇ ਬੱਚੇ ਤੇ ਜੀ। ਬਚਾ ਹੋ ਗਿਆ ਉਨ੍ਹਾਂ ਦਾ? ਹਾਂ ਉਨ੍ਹਾਂ ਦਾ ਵੀ ਬਚਾ ਹੋ ਗਿਆ। ਕੀ ਨਾਮ ਹੈ ਤੁਹਾਡਾ? ਅਮਿਤ। ਅਮਿਤ 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 ਜੀ ਕਿੱਥੋਂ ਕਿੱਥੇ ਨੂੰ ਜਾ ਰਹੇ ਸੀ ਤੁਸੀਂ? ਅਸੀਂ ਹੁਸ਼ਿਆਰਪੁਰ ਤੋਂ ਗਵਾਲੀਅਰ ਜਾ ਰਹੇ ਸੀਗੇ। ਕੀ ਹੋਇਆ ਜੀ ਇੱਥੇ? ਧੁੰਦ ਦੇ ਕਾਰਨ ਬੜੇ ਹਾਦਸੇ ਹੋਏ, ਪਿੱਛੇ ਸਕੂਲ ਬੱਸ ਸੀਗੀ, ਟੂਰਿਸਟ ਬੱਸ ਸੀਗੀ। ਚਲੋ ਬੱਚਿਆਂ ਦਾ ਬਚਾਅ ਹੋ ਗਿਆ, 24-25 ਬੱਸਾਂ ਪਿੱਛੇ ਕੋਈ ਗੱਡੀਆਂ ਕਾਰਾਂ ਬਹੁਤ ਜ਼ਿਆਦਾ ਠੁੱਕੀਆਂ। ਸਾਡੀ ਅੱਗੇ ਟਰਾਲੀ ਵਾਲੇ ਨੇ ਗੱਡੀ ਐਵੇਂ ਕਰ ਦਿੱਤੀ ਬੈ ਕਰਕੇ, ਤੇ ਉਹਦੇ ਅੱਗੇ ਸਾਡੀ ਗੱਡੀ ਲੱਗੇ, ਪਿੱਛੇ ਸਾਡਾ ਟਰੱਕ ਲੱਗ ਗਿਆ। ਟਰੱਕ ਦਾ ਚਲੋ ਭੱਜ ਗਿਆ, ਟਰਾਲੀ ਨੂੰ ਰੋਕ ਲਿਆ ਸੀ। ਉਹਨੇ ਹਾਦਸਾ ਇਹਦੇ ਕਰਕੇ ਵੀ ਹੋਇਆ, ਕੁਛ ਧੁੰਦ ਕਰਕੇ ਵੀ ਬਹੁਤ ਜ਼ਿਆਦਾ ਹੋਇਆ ਹਾਦਸਾ। ਆਪਾਂ ਮੰਨ ਸਕਦੇ ਹਾਂ, ਪਰ ਹਾਦਸੇ ਕਾਰਨ ਇੱਕ ਟਰਾਲੀ ਵਾਲਾ ਬਹੁਤ ਜ਼ਿਆਦਾ ਵਾ, ਇਹਨੇ ਗੱਡੀ ਮੋੜ ਤੇ ਮੋੜ ਦਿੱਤੀ ਆ। ਪਿੱਛੇ ਬਹੁਤ ਜ਼ਿਆਦਾ 25-30 ਗੱਡੀਆਂ ਨਾ, ਬਹੁਤ ਜ਼ਿਆਦਾ ਟੂਰਿਸਟ ਗੱਡੀਆਂ, ਕੁਛ ਸਕੂਲ ਬੱਸਾਂ ਨੇ। ਬੱਚਿਆਂ ਚਲੋ ਬਚਾਵ ਹੋ ਗਿਆ ਵਾ, ਉਹਨਾਂ ਨੂੰ ਭੇਜ ਦਿੱਤਾ ਵਾ ਹਸਪੀਟਲ ਵਗੈਰਾ ਚ। ਨਹੀਂ 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 ਹਜੇ। ਕੀ ਨਾਮ ਹੈ ਤੁਹਾਡਾ? ਇਕਜੋਤ ਕੌਰ। ਕਿੰਨੇ ਕੁ ਐਕਸੀਡੈਂਟ ਹੋਏ ਨੇ ਰੋਡ ਦੇ ਉੱਪਰ? ਇੱਕੋ ਹੀ ਹੋਇਆ ਸੀਗਾ, ਸਾਡਾ ਹੀ ਹੋਇਆ ਸੀਗਾ, ਐਸੀ ਕੋਈ ਗੱਲ ਨਹੀਂ ਹੈ, ਸਾਡੇ ਅਸੀਂ ਸਾਰੇ ਬੱਚੇ ਸੇਫ ਆ। ਤੇ ਹੋਰ ਵੀ ਗੱਡੀਆਂ ਕਿੰਨੀਆਂ ਕੁ ਵੱਜੀਆਂ? ਇੱਕੋ ਹੀ ਗੱਡੀ ਵੱਜੀ ਸੀਗੀ, ਇੱਕੋ ਦੇ ਵਿੱਚ। ਕਿੱਥੋਂ ਜਾ ਰਹੇ ਸੀ, ਕਿੱਥੇ ਤੁਸੀਂ? ਅਸੀਂ ਕੁਰੂਕਸ਼ੇਤਰ ਜਾ ਰਹੇ ਹਾਂ। ਕਿਹੜੀ ਜਗ੍ਹਾ ਤੋਂ ਜੀ? ਲੁਧਿਆਣੇ ਤੋਂ। ਤੇ ਕਿਹੜੇ ਸਕੂਲ ਦਾ ਹੈਗਾ ਬੱਸ ਜੀ? ਸਕੂਲ ਦਾ ਨਾਮ ਨਹੀਂ ਸੀ ਦੱਸਣਾ, ਐਸੀ ਕੋਈ ਗੱਲ ਨਹੀਂ, ਅਸੀਂ ਸਾਰੇ ਸੇਫ ਆ। ਹਾਂਜੀ ਕੀ ਨਾਮ ਹੈ ਤੁਹਾਡਾ ਜੀ? ਜੋਤ ਸਿੰਘ ਜੀ। ਹਾਂਜੀ ਜੋਤ ਸਿੰਘ। ਜੋਤ ਸਿੰਘ ਜੀ ਕੀ ਹੋਇਆ ਹਾਦਸਾ ਜੀ? ਇਹ ਜੀ ਧੁੰਦ ਬਹੁਤ ਪਈ ਸੀ ਤੇ ਪਿੱਛੋਂ ਬੱਸ ਆਈ ਬਹੁਤ ਜ਼ਿਆਦਾ ਤੇਜ਼, ਤੇ ਉਹਨੇ ਪਿੱਛੋਂ ਟੱਕਰ ਮਾਰੀ, ਮੈਨੂੰ ਚੱਕ ਕੇ ਥੱਲੇ ਮਾਰਿਆ ਜੀ। ਬੱਸ 'ਚ ਕੀ ਕੌਣ ਸੀਗੇ ਜੀ? ਬੱਸ 'ਚ ਬੱਚੇ ਸੀ ਜੀ। ਸਕੂਲ ਵਾਲੇ? ਹਾਂਜੀ ਸਕੂਲ ਵਾਲੇ ਬੱਚੇ। ਅੱਛਾ ਜੀ। ਬੱਸ ਬਹੁਤ ਜ਼ਿਆਦਾ ਤੇਜ਼ ਆ ਰਹੀ, ਪਿੱਛੋਂ ਉਹਨੇ ਪਿੱਛੋਂ ਧੱਕਾ ਮਾਰਿਆ, ਮੈਨੂੰ ਚੱਕ ਕੇ ਫੁੱਟਪਾਥ ਤੋਂ ਥੱਲੇ ਮਾਰਿਆ ਜੀ। ਅੱਛਾ ਜੀ। ਹਾਂਜੀ ਤੁਹਾਡੇ ਕੀ ਲੱਗਿਆ ਸੀ ਗੱਡੀ? ਸਾਡੇ ਸ਼ੀਸ਼ਾ ਲੱਗਿਆ ਸੀ 3.5-4 ਲੱਖ ਦਾ ਜੀ। ਅੱਛਾ ਜੀ। ਹਾਂਜੀ ਸਾਰਾ ਫੁੱਟ ਗਿਆ ਜੀ। ਅੱਛਾ ਜੀ। ਤੇ ਹੋਰ ਕਿੰਨੀਆਂ ਗੱਡੀਆਂ ਇੱਥੇ ਵੱਜੀਆਂ ਤੋਂ? ਇੱਥੇ ਗੱਡੀਆਂ ਹੋਰ ਨਹੀਂ ਵੱਜੀ, ਕੋਈ ਬਚਾਅ ਹੋਇਆ, ਬਹੁਤ ਜ਼ਿਆਦਾ ਰੌਲਾ ਪਾ ਕੇ ਅਸੀਂ ਬਚਾਇਆ ਗਿਆ। ਅੱਛਾ ਜੀ। ਹਾਂਜੀ ਨਹੀਂ ਨਾਲੇ 20-25 ਗੱਡੀਆਂ ਵੀ ਲੱਗੀਆਂ ਸੀ ਇੱਥੇ, ਬੱਚੇ ਕਾਫੀ ਲੱਗਿਆ। ਹਾਂਜੀ 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 ਪਿੱਛੇ ਲੱਗੀਆਂ ਜੀ ਕਿਤੇ, ਬੱਚੇ ਗੱਡੀਆਂ ਦੀ ਗੱਡੀਆਂ ਕਾਫੀ ਲੱਗਿਆ। ਹਾਂਜੀ ਨਹੀਂ ਹੁਣ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਇੱਥੇ? ਸਾਡਾ ਇਹ 3-4 ਲੱਖ ਦਾ ਨੁਕਸਾਨ ਹੈ ਜੀ। ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ? ਇਹ ਜਾ ਰਹੇ ਸੀ ਜਲੰਧਰ ਤੋਂ ਖੰਨਾ ਜੀ। ਅੱਛਾ ਜੀ। ਮੰਡੀ ਗੋਬਿੰਦਗੜ੍ਹ। ਕੀ ਸੀਗਾ? ਸ਼ੀਸ਼ਾ ਭਰਿਆ ਜੀ। ਅੱਛਾ ਜੀ। ਹਾਂਜੀ ਬੱਚਿਆਂ ਨੂੰ ਕੋਈ ਨੁਕਸਾਨ ਨੀ ਹੋਇਆ ਜੀ। ਹਾਂਜੀ ਕੀ ਨਾਮ ਹੈ ਤੁਹਾਡਾ ਜੀ? ਮੁਖਤਿਆਰ ਸਿੰਘ। ਹਾਂਜੀ ਮੁਖਤਿਆਰ ਸਿੰਘ। ਮੁਖਤਿਆਰ ਸਿੰਘ ਜੀ ਕੀ ਹਾਦਸਾ ਵਾਪਰਿਆ ਜੀ? ਮੇਰੀ ਗੱਡੀ ਸ਼ੀਸ਼ੇ ਦੀ ਭਰੀ ਲੋਡ ਆ ਰਹੀ ਸੀ ਜੀ, ਮਗਰੋਂ ਇੱਕ ਬੱਸ ਆ ਕੇ ਤੇਜ਼ੀ ਨਾਲ ਉਹਦੇ ਵਿੱਚ ਲੱਗੀ, ਸਾਰਾ ਸ਼ੀਸ਼ਾ ਟੁੱਟ ਗਿਆ। ਬੱਸ 'ਚ ਕੌਣ ਸੀਗਾ ਜੀ? ਬੱਸ 'ਚ ਸਵਾਰੀਆਂ ਸੀ ਜੀ। ਅੱਛਾ ਜੀ। ਹਾਂਜੀ ਹਾਂ। ਤੇ ਕਿੰਨੇ ਕੁ ਦਾ ਨੁਕਸਾਨ ਹੋਇਆ ਤੁਹਾਡਾ? ਨੁਕਸਾਨ 3-4 ਲੱਖ ਦਾ ਸ਼ੀਸ਼ਾ ਦੇ ਸਕਦਾ। ਤੇ ਗੱਡੀਆਂ ਹੋਰ ਕਿੰਨੀਆਂ ਕੁ ਵੱਜੀਆਂ ਸੀ? ਗੱਡੀਆਂ ਪਿੱਛੋਂ ਕਾਫੀ ਲੱਗੀਆਂ ਨੇ, ਪਿੱਛੇ ਵੀ ਖੜੀਆਂ ਨੇ ਕਾਫੀ ਗੱਡੀਆਂ। ਕਿੰਨੀਆਂ ਗੱਡੀਆਂ ਸੀਗੀਆਂ ਗਿਣਤੀ ਦੇ? ਇਹਦਾ ਇੱਥੇ ਜਾਮ ਲੱਗਿਆ ਹੋਇਆ ਸੀ, ਜਦ ਤੁਸੀਂ ਆਇਆ ਜਦ ਤਾਂ ਜਾਮ ਲੱਗਿਆ ਸੀ, ਕਾਫੀ ਗੱਡੀਆਂ ਲੱਗਿਆ ਸੀ। ਕੀ ਹਾਦਸਾ ਵਾਪਰਿਆ ਜੀ ਉਰੇ ਜੀ? ਸਰ ਸਵੇਰੇ ਧੁੰਦ ਬਹੁਤ ਸੀ, ਧੁੰਦ ਦੇ ਹੋਣ ਕਾਰਨ ਦੱਸਣ ਦੇ ਮੁਤਾਬਕ ਇੱਥੇ ਜੀ ਸ਼ੀਸ਼ੇ ਵਾਲੀ ਗੱਡੀ ਆ ਰਹੀ ਸੀ, ਉਹਦੇ ਮਗਰ ਬੱਸ ਵੱਜੀ, ਉਹ ਗੱਡੀ ਉੱਤਰ ਕੇ ਸਬ ਸਰੋਵਰ ਚਲੀ ਗਈ, ਉਹਦੇ ਮਗਰ ਗੱਡੀਆਂ ਵੱਜੀਆਂ, 20 ਦਾ ਗੜ ਗੱਡੀਆਂ ਵੱਜੀਆਂ ਜੀ। ਤੇ ਇੱਕ ਟੂਰਿਸਟ ਬੱਸ ਸੀ ਬੱਚਿਆਂ ਦੀ ਸਕੂਲ ਵਾਲਿਆਂ ਦੀ, ਉਹ ਵੀ ਵਿੱਚ ਵੱਜੀ, ਪਰ ਕੋਈ ਨੁਕਸਾਨ ਨਹੀਂ ਹੋਇਆ, ਬੱਚਿਆਂ ਦੇ ਕਿਸੇ ਸੱਟ ਪੇਟ ਨਹੀਂ ਲੱਗੀ, ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਮਾਲੀ ਨੁਕਸਾਨ ਹੋਇਆ ਜੀ।
मालिक दसदा जी मेरा भी 3-4 लाख का नुकसान है, शीशा टुट गया। होर गड्डियां हूँ गड्डिया 5-7 रह गई, बाकी सब लै गए माड़े मोटे लगियां, 5-6 गड्डिया टोआ लैके जा रही। डहरू तो पिछे वापर जी, डहरू के पुल तो पिछे, डहरू और गगड़े के बचाले गगड़ मजे। हाँ जी ट्रैफिक चालू करती सर, बाकी काम जारी है साडा। सर धुंद के कारण डहरू गगड़े डीटी रोड के सामने होया है, काफ़ी करीब 3 एक्सीडेंट होए ने, 3 एक्सीडेंट में 20-25 गड्डिया का नुकसान हो गया। तो चार ने देख रहे हैं कि व्हीकल की ज़्यादा गलती है, जे जिस व्हीकल की गलती होगी उस खिलाफ़ कोई कानूनी कार्रवाई की जाएगी, पर वैसे तो ज़्यादातर धुंद ज़्यादा होने करके हादसा वापरिया है। तो असी गड्डिया ट्रैफिक घलाती है, तो गड्डिया जिहड़ियां इंजणा नूं जिथे जिथे भेजणा सी भेजदा, ਤੇ ਗੱਡੀਆਂ ਸਾਈਡ ਤੇ ਕਰਾ ਕੇ ਟ੍ਰੈਫਿਕ ਚੱਲ ਰਹੀ ਹੈ। ਜਾਨੀ ਨੁਕਸਾਨ ਤੋਂ ਬਚਾ ਫਿਲਹਾਲ ਤਾਂ ਸਿਵਲ ਹਸਪਤਾਲ ਭੇਜਿਆ ਜੀ ਇੱਥੋਂ ਅਸੀਂ, ਬਾਕੀ ਜਾਨੀ ਨੁਕਸਾਨ ਦਾ ਕੋਈ ਨਹੀਂ ਹੈਗੀ ਗੱਲਬਾਤ। ਤੇ ਕਿੰਨੀਆਂ ਗੱਡੀਆਂ ਜਿਹੜੀਆਂ ਹਾਦਸਾ ਹੋਏ? ਕਰੀਬ 20-25 ਗੱਡੀਆਂ ਦਾ ਨੁਕਸਾਨ ਹੋ ਗਿਆ। ਅੱਛਾ ਜੀ, ਤੇ ਕੋਈ ਜਾਨੀ ਨੁਕਸਾਨ ਤੋਂ ਜਾਨੀ ਨੁਕਸਾਨ ਨਹੀਂ ਹੋਇਆ, ਉਹ ਬਚਾ ਹੋ ਗਿਆ ਜਾਨੀ ਨੁਕਸਾਨ। ਤੇ ਟ੍ਰੈਫਿਕ ਨੂੰ ਚਾਲੂ ਕਰਾ ਦਿੱਤਾ ਜੀ? ਟ੍ਰੈਫਿਕ ਨੂੰ ਚਾਲੂ ਕਰਾਤਾ, ਟ੍ਰੈਫਿਕ ਚੱਲ ਰਹੀ। ਕਿੱਥੇ ਕਿ ਜਿਹੜਾ ਪੂਰਾ ਹਾਦਸਾ? ਇਹ ਡੈਡੂ ਔਰ ਗਗੜੇ ਦੇ ਵਿਚਾਲੇ ਜੀਟੀ ਰੋਡ ਦੇ ਉੱਪਰ ਹੋਇਆ ਹੈ।